ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਦਿੱਲੀ ਦੇ ਵਿੱਚ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। 2 ਮਹੀਨੇ ਤੋਂ ਸਮਾਂ ਹੈ ਉਹ ਪੂਰਾ ਵੀ ਹੋਣ ਵਾਲਾ ਹੈ, ਪਰ ਸਰਕਾਰ ਤੇ ਕਿਸਾਨ ਯੂਨੀਅਨਸ ਦੇ ਵਿੱਚ ਜਿਹੜੀ ਗੱਲਬਾਤ ਹੈ ਉਸ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ, ਯਾਨੀ ਕਿ ਬੇਨਤੀਜਾ ਜਿਹੜੀ ਸਾਰੀ ਮੀਟਿੰਗਾਂ ਰਹੀਆਂ ਨੇ। ਹੁਣ ਕਿਸਾਨਾਂ ਵੱਲੋਂ 26 ਜਨਵਰੀ ਦੇ ਲਈ, ਯਾਨੀ ਕਿ ਜਿਸ ਦਿਨ ਗਣਤੰਤਰ ਦਿਵਸ ਹੈ ਉਸ ਦਿਨ ਦੇ ਲਈ ਇੱਕ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ, ਜਿਸ ਨੂੰ ਲੈ ਕੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਏ ਤਾਂ ਪਿੰਡਾਂ ਦੇ ਵਿੱਚ ਗੁਰਦੁਆਰੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਟਰੈਕਟਰ ਪਰੇਡ ਦੀ ਤਿਆਰੀਆਂ ਵੀ ਲੋਕੀ ਕਰਦੇ ਨਜ਼ਰ ਆਏ। ਤੇ ਹੁਣ ਕਈ ਲੋਕੀ ਜਿਹੜੇ ਆ ਦਿੱਲੀ ਦੀ ਹੋਰ ਰਵਾਨਗੀ ਵੀ ਕਰ ਰਹੇ ਨੇ। ਜੇਕਰ ਗੱਲ ਕੀਤੀ ਜਾਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ 12,000 ਤੋਂ ਜ਼ਿਆਦਾ ਪਿੰਡ ਹੈ ਤੇ ਉੱਥੇ ਦੇ ਜਿਹੜੇ 1 ਲੱਖ ਤੋਂ ਵੱਧ ਲੋਕ ਜਿਹੜੇ ਟਰੈਕਟਰ ਦੇ ਰਾਹੀਂ ਦਿੱਲੀ ਦੇ ਰਹੀ ਟਰੈਕਟਰ ਪਰੇਡ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ। ਤੁਹਾਨੂੰ ਇੱਕ ਨਜ਼ਾਰਾ ਦਿਖਾ ਦਿੰਦੇ ਆ ਕਿ ਕਿਵੇਂ ਇੱਥੇ ਜਿਹੜੇ ਲੋਕੀ ਹੈ ਉਹ ਆਪਣੇ ਟਰੈਕਟਰ ਦੇ ਵਿੱਚ ਜਿਹੜੇ ਹੈ ਬਹਿ ਕੇ ਜਾ ਰਹੇ ਨੇ। ਉਹਨਾਂ ਦਾ ਇਹੀ ਕਹਿਣਾ ਹੈ ਕਿ ਖੇਤੀ ਕਾਨੂੰਨ ਜਿਹੜਾ ਹੈ ਉਹਨਾਂ ਦੇ ਬਿਲਕੁਲ ਹੀ ਖਿਲਾਫ ਹੈ ਅਤੇ ਕੇਂਦਰ ਸਰਕਾਰ ਬਾਰ ਬਾਰ ਉਹਨਾਂ ਕਾਨੂੰਨਾਂ ਨੂੰ ਜਿਹੜਾ ਹੈ ਥੋਪਨੇ ਦੇ ਵਿੱਚ ਲੱਗੀ ਹੋਈ, ਯਾਨੀ ਕਿ ਉਹ ਨਹੀਂ ਚਾਹੁੰਦੇ ਕਿ ਕਾਨੂੰਨ ਲਾਗੂ ਹੋਣ। ਟਰੈਕਟਰ ਦਾ ਜੀ ਕੁਛ ਨਹੀਂ ਕਰਾਇਆ, ਸਿੰਪਲ ਟਰੈਕਟਰ ਹੈ, ਕੋਈ ਕੰਮ ਦੀ ਲੋੜ ਨਹੀਂ ਹੈ ਸਾਨੂੰ, ਅਸੀਂ ਬੜੀ ਸ਼ਾਂਤਮਈ ਤਰੀਕੇ ਨਾਲ ਜਾਣਾ ਹੈ, ਸਾਨੂੰ ਕੋਈ ਆਪਾਂ ਨੂੰ ਉਹ ਨਹੀਂ ਕਰਨਾ, ਕੋਈ ਲੜਾਈ ਨਹੀਂ, ਕੋਈ ਨਹੀਂ, ਕੋਈ ਡੰਡਾ ਨਹੀਂ, ਸਾਡੇ ਕੋਲ ਕੋਈ ਅਸਲਾ ਨਹੀਂ ਹੈ, ਪਿਆਰ ਨਾਲ ਜਾਣਾ, ਮੁਹੱਬਤ ਨਾਲ ਉਤਰਾ ਹੀ ਆਉਣਾ ਹੈ। ਜਿੰਨਾ ਜਿੱਕਣਾ ਉੱਥੇ ਕਹਿ ਰਿਹਾ ਵੀ ਲਾਲ ਕਿਲੇ 'ਤੇ ਹਮਲਾ ਕਰਨਾ ਹੈ, ਇੱਦਾਂ ਕਰਨਾ ਹੈ, ਕੁਛ ਨਹੀਂ ਕਰਨਾ, ਕੁਛ ਨਹੀਂ ਕਰਨਾ, ਸਾਡਾ ਕੋਈ ਵਿਚਾਰ ਨਹੀਂ ਹੈ, ਅਸੀਂ ਆਰਾਮ ਨਾਲ ਆਪਣਾ ਪ੍ਰਦਰਸ਼ਨ ਕਰਕੇ ਵਾਪਸ ਆ ਜਾਣਾ। ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਪਹੁੰਚ ਗਏ, ਲੱਖਾਂ ਦੀ ਗਿਣਤੀ 'ਚ ਤੁਰੇ ਹੋਏ ਆ, ਅਤੇ ਬਾਕੀ ਕੁਛ ਕਹਿ ਨਹੀਂ ਸਕਦੇ, ਅਣਗਿਣਤ ਲੋਕ ਜਾ ਰਹੇ ਆ। ਅਸੀਂ ਦੇਖੋ ਜੀ, ਇਹ ਜਿਹੜਾ ਸਾਡਾ ਇੱਕ ਤਰ੍ਹਾਂ ਦਾ ਇਤਿਹਾਸ ਬਣ ਗਿਆ ਹੈ, ਇਹਨੂੰ ਹੁਣ ਨਾ ਕੋਈ ਉਹ ਕਰ ਸਕਦਾ, ਨਾ ਕੋਈ ਚੇਂਜ ਕਰ ਸਕਦਾ, ਇਹ ਇਤਿਹਾਸ ਬਣ ਗਿਆ, ਤੇ ਲੀਕ ਹੋ ਜਾਏ ਕਾਪੀ 'ਚ। ਹੁਣ ਅਸੀਂ ਇਹ ਇਤਿਹਾਸ ਨਹੀਂ ਬਣਾਇਆ, ਜੇ ਅਸੀਂ ਆਪਣੇ ਹੱਕਾਂ ਲਈ ਨਾ ਖੜੇ, ਸਾਡੇ ਆਉਣ ਵਾਲੀ ਪੀੜ੍ਹੀਆਂ ਸਾਨੂੰ ਕਹੂੰਗੀਆਂ ਬਾਪੂ ਜਦ ਤੂੰ ਤਾਂ ਹੈ ਤਾਂ ਸਾਡੀ ਵਾਰੀ, ਤੂੰ ਐਦਾਂ ਕਿਉਂ ਨਹੀਂ ਕੀਤਾ, ਜਦ ਤੂੰ ਹੈ ਅਸੀਂ ਕੀ ਜਵਾਬ ਦਊਂਗੇ ਆਪਣੇ ਨਿਆਣਿਆਂ ਨੂੰ। ਬਾਰ ਬਾਰ ਇਹ ਕਹਿੰਦੀ ਹੈ ਕਿ ਇਹ ਜਿਹੜੇ ਕਾਨੂੰਨ ਹੈ ਤੁਹਾਡੇ ਫਾਇਦੇ ਵਾਸਤੇ ਨੇ। ਨਹੀਂ, ਫਾਇਦੇ ਵਾਸਤੇ ਕੋਈ ਨਹੀਂ ਹੈ। ਦੇਖੋ, ਉਹ ਕਹਿੰਦੇ ਕਿ 1800 ਰੁਪਏ ਕਿਲੋ ਜੇ ਕਣਕ ਲੈ ਰਿਹਾ, ਕੁਇੰਟਲ ਚੱਕ ਰਿਹਾ, ਜੇ ਉਹ ਕਹਿੰਦੇ ਅਸੀਂ ਤੁਹਾਨੂੰ ਮਹਿੰਗੀ ਲਊਂਗੇ 2000 ਰੁਪਏ ਲੈਣੇ, ਉਹ ਸਰਕਾਰੀ ਮੰਡੀਆਂ ਤੋਂ 2000 ਰੁਪਏ ਚੱਕ ਲਵਾਂ, ਸਾਨੂੰ ਕਿਆ ਲੋੜ ਹੈ ਪ੍ਰਾਈਵੇਟ ਮਾ, ਸਾਨੂੰ ਪ੍ਰਾਈਵੇਟ ਦੇ ਦੇਵੇ 2000 ਨੂੰ, ਸਾਨੂੰ ਕਿਹਾ ਜੇਕਰ ਉਹ ਸਰਕਾਰੀ ਮੰਡੀ ਮੈਂ ਜਾ ਕੇ ਲੈ ਲਵਾਂ, ਉਹ ਅਸੀਂ ਉਹਨਾਂ 'ਤੇ ਲਊਂਗੇ, ਅਸੀਂ ਆਪ ਭੱਜੂਗੇ ਉੱਧਰ ਨੂੰ, ਇੱਦਾਂ ਥੋੜ੍ਹਾ ਸਾਡੇ ਪਰ ਤੁਸੀਂ ਜ਼ਬਰਦਸਤੀ ਕਹੋਗੇ ਭਾਈ ਤੁਸੀਂ ਇੱਥੇ ਲਓ, ਕਿਉਂਕਿ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਅੱਜ ਤੱਕ ਮਤਲਬ ਕਿ ਕਦੀ ਵੀ ਐ ਨਹੀਂ ਆ ਵੀ ਮਹਿੰਗੀ ਚੀਜ਼ ਖਰੀਦੋ, ਉਹ ਆਪਣਾ ਫਾਇਦਾ ਦੇਖਦਾ, ਹੁਣ ਪਰ ਆਪਣਾ ਸਕੂਲ ਹੀ ਲੈ ਲਓ, ਸਰਕਾਰੀ ਸਕੂਲ 'ਚ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵੱਲ ਜਿਹੜਾ ਉਹ ਮਾਰਚ ਕਰ ਰਹੇ ਆ ਬਹੁਤ ਹੀ ਸ਼ਾਂਤੀਮਈ ਤਰੀਕੇ ਦੇ ਨਾਲ ਜਾਣਗੇ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਉਹ ਨਹੀਂ ਦੇਣਾ ਚਾਹੁੰਦੇ, ਦੇਸ਼ ਉਹਨਾਂ ਦਾ ਵੀ ਹੈ ਅਤੇ 26 ਜਨਵਰੀ ਉਹਨਾਂ ਦੇ ਲਈ ਵੀ ਮਹੱਤਵਪੂਰਨ ਦਿਨ ਹੈ, ਅਤੇ ਉਹ ਸ਼ਾਂਤੀਮਈ ਤਰੀਕੇ ਦੇ ਨਾਲ ਸਿਰਫ ਆਪਣੀ ਗੱਲ ਕਹਿਣ ਦੇ ਲਈ ਜਿਹੜਾ ਹੈ ਦਿੱਲੀ ਜਾ ਰਹੇ ਆ, ਕੋਈ ਟਰੈਕਟਰ ਟਰਾਲੀ ਉੱਥੋਂ ਨਹੀਂ ਛੇੜੀ ਜਾਏਗੀ, ਸਿਰਫ ਇੱਥੋਂ ਜਿਹੜੇ ਜਾ ਰਹੇ ਨੇ ਲੋਕੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਤਾਦਾਦ ਦੇ ਵਿੱਚ ਜਿਹੜੇ ਜੇਕਰ ਗੱਲ ਕੀਤੀ ਜਾਏ ਪੰਜਾਬ ਅਤੇ ਹਰਿਆਣਾ ਦੇ ਵਿੱਚ ਲੋਕੀ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਹੈ ਉਸਦੇ ਲਈ ਜਾ ਰਹੇ ਨੇ। ਦੇਖਣਾ ਹੋਵੇਗਾ ਇਸਦਾ ਕੀ ਨਤੀਜਾ ਰਹਿੰਦਾ ਹੈ, ਕਿ ਸਰਕਾਰ ਉੱਤੇ ਕੋਈ ਦਬਾਅ ਪੈਂਦਾ ਹੈ, ਕਿ ਇਹ ਕਾਨੂੰਨ ਰੱਦ ਕੀਤੇ ਜਾਂਦੇ ਹੈ, ਜਾਂ ਫਿਰ ਸਰਕਾਰ ਅਤੇ ਕਿਸਾਨ ਯੂਨੀਅਨ ਦੋਨਾਂ ਹੀ ਆਪਣੀ ਆਪਣੀ ਜਗ੍ਹਾ ਅੜੇ ਰਹਿੰਦੇ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਰਾਜੇਸ਼ ਦੇ ਨਾਲ ਪੂਜਾ ਵਰਮਾ, ETV ਭਾਰਤ।